ਮੁੰਡਾ ਕਾ ਲਿਆ ਜਿੰਨਾ 6 ਸਾਲ ਪਹਿਲਾਂ ਆਏ ਦਿਨ ਪਤਾ ਨਹੀਂ ਕਿਹੜਾ ਵੇਰ ਕੱਢੀ ਜਾਂਦੇ ਸਾਡੇ ਨਾਲ। ਇੱਕ ਮਹੀਨੇ ਬਾਅਦ ਵਿਦੇਸ਼ ਤੋਂ ਪਰਤੀ ਪੰਜਾਬੀ ਸ਼ਖਸ ਦੀ ਲਾਸ਼, ਗੁਆਂਢੀ ਚੰਗੀ ਤਨਖਾਹ ਦੇ ਲਾਲਚ 'ਚ ਲੈ ਗਏ ਸੀ ਵਿਦੇਸ਼। ਭੇਤ ਭਰੇ ਹਾਲਾਤਾਂ ਦੇ ਵਿੱਚ ਹੋਈ ਸ਼ਖਸ ਦੀ ਮੌਤ, ਤਕਰੀਬ ਇੱਕ ਮਹੀਨਾ ਬਾਅਦ ਪਰਿਵਾਰ ਨੂੰ ਉਹਨਾਂ ਦੇ ਪਿਤਾ ਦੀ ਲਾਸ਼ ਵਾਪਸ ਮਿਲੀ ਹੈ, ਜਿੱਥੇ ਵਿਦੇਸ਼ ਦੇ ਵਿੱਚ ਭੇਤ ਭਰੇ ਹਾਲਾਤਾਂ ਦੇ ਵਿੱਚ ਉਸਦੀ ਮੌਤ ਹੋ ਗਈ ਸੀ। ਤਾਂ ਜਿਵੇਂ ਹੀ ਲਾਸ਼ ਘਰ ਦੇ ਵਿੱਚ ਆਉਂਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਤਾਂ ਇਹ ਤਸਵੀਰਾਂ ਮ੍ਰਿਤਕ ਕੁਲਦੀਪ ਲਾਲ ਦੇ ਘਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਉਸਦੇ ਪਰਿਵਾਰ ਦੇ ਵੱਲੋਂ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦਈਏ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ 55 ਸਾਲ ਦੇ ਕੁਲਦੀਪ ਲਾਲ ਨੂੰ ਗੁਆਂਢੀ 19 ਮਹੀਨੇ ਪਹਿਲਾਂ ਵਿਦੇਸ਼ ਲੈ ਗਏ ਸੀ। ਤਾਂ ਗੁਆਂਢੀਆਂ ਦੇ ਵੱਲੋਂ ਫਿਲੀਪੀਨਸ ਦੇ ਵਿੱਚ ਆਪਣਾ ਰੈਸਟੋਰੈਂਟ ਖੋਲ੍ਹਣਾ ਸੀ। ਤਾਂ ਕੁਲਦੀਪ ਸਿੰਘ ਹਲਵਾਈ ਦੇ ਕੰਮ ਦੇ ਵਿੱਚ ਮਾਹਿਰ ਸੀ, ਜਿਸ ਨੂੰ ਕਿ ਵਧੀਆ ਤਨਖਾਹ ਦੇ ਲਾਲਚ ਦੇ ਵਿੱਚ ਉਹ ਆਪਣੇ ਨਾਲ ਲਿਜਾਣ ਦੇ ਲਈ ਮਨਾ ਲੈਂਦੇ ਨੇ। ਤਾਂ ਫਿਰ ਉਹ ਵਿਦੇਸ਼ ਚਲੇ ਜਾਂਦੇ ਨੇ। ਤਾਂ ਪਰਿਵਾਰ ਮੁਤਾਬਕ ਇਹ ਗੁਆਂਢੀ ਵਿਦੇਸ਼ ਦੇ ਵਿੱਚ ਜਾ ਕੇ ਉਸਦੇ ਪਿਤਾ ਦੇ ਨਾਲ ਕੁੱਟਮਾਰ ਕਰਦੇ ਸੀ, ਤੇ ਇਸੇ ਦੌਰਾਨ ਹੀ ਇਸਦੇ ਪਿਤਾ ਦੀ ਮੌਤ ਹੋ ਗਈ। ਤਾਂ ਵੇਖ ਸਕਦੇ ਹੋ ਕਿ ਕੀ ਹਾਲ ਇਸ ਪਰਿਵਾਰ ਦਾ ਹੋਇਆ ਜਦ ਉਹਨਾਂ ਦੇ ਪਿਤਾ ਦੀ ਲਾਸ਼ ਘਰ ਦੇ ਵਿੱਚ ਪਹੁੰਚਦੀ ਹੈ। ਤਾਂ ਦੱਸਦੀ ਹੈ ਕਿ ਹੁਣ ਪਰਿਵਾਰ ਦੇ ਵੱਲੋਂ ਇਸ ਸੰਬੰਧੀ ਸੰਤ ਸੀਚੇਵਾਲ ਜੀ ਦਾ ਵੀ ਧੰਨਵਾਦ ਕੀਤਾ ਗਿਆ, ਕਿਉਂਕਿ ਉਹਨਾਂ ਦੇ ਯਤਨਾਂ ਸਦਕਾ ਹੀ ਇਹ ਲਾਸ਼ ਘਰ ਪਹੁੰਚੀ ਹੈ। ਤਾਂ ਜਿਵੇਂ ਹੀ ਸੰਤ ਸੀਚੇਵਾਲ ਨੂੰ ਇਸ ਸੰਬੰਧੀ ਜਾਣਕਾਰੀ ਮਿਲੀ ਤਾਂ ਉਹਨਾਂ ਦੇ ਵੱਲੋਂ ਇਸ ਦੀ ਲਾਸ਼ ਨੂੰ ਵਾਪਸ ਲਿਆਉਣ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। ਤਾਂ ਕਰੀਬ ਇੱਕ ਮਹੀਨੇ ਬਾਅਦ ਹੁਣ ਪਰਿਵਾਰ ਨੂੰ ਉਹਨਾਂ ਦੇ ਪਿਤਾ ਦੀ ਲਾਸ਼ ਵਾਪਸ ਮਿਲੀ ਹੈ। ਘਟਨਾ ਸਾਰਾ ਸਾਡੇ ਇੱਥੋਂ ਲੈ ਕੇ ਗਏ ਸੀ ਡੈਡੀ ਨੂੰ ਬਾਹਰ, ਸਾਡੇ ਪੜੋਸੀ ਆ, ਤੇ ਲਿਜਾ ਕੇ ਉੱਧਰ ਬਸ ਉਹਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜੀ, ਤੇ ਉਹਨਾਂ ਨੂੰ ਮਾਰ ਕੇ ਸਾਡੇ ਹਵਾਲੇ ਕਰਤਾ। ਉਹ ਬਾਬਾ ਜੀ ਦੀ ਮਿਹਰਬਾਨੀ ਦੇ ਨਾਲ ਆ ਗਏ ਆ, ਉਹਨਾਂ ਨੇ ਤਾਂ ਸਾਨੂੰ ਜਵਾਬ ਦੇ ਦਿੱਤਾ ਸੀ ਜੀ। ਹਾਂਜੀ, ਕਦੋਂ ਦੀ ਘਟਨਾ? ਇਹ ਸਰ ਪਿਛਲੇ ਮਹੀਨੇ ਦੀ 15 ਤਰੀਕ ਦੀ ਹੈ। ਹਾਂਜੀ, ਤੇ ਹੁਣ ਬੋਡੀ ਆ ਗਈ ਵਾਪਸ? ਹਾਂਜੀ ਸਰ, 19 ਤਰੀਕ 12 ਤਰੀਕ ਨੂੰ ਆ ਗਈ। ਬਾਬਾ ਜੀ ਨਾਲ ਕਦੋਂ ਸੰਪਰਕ ਕੀਤਾ? ਬਾਬਾ ਜੀ ਨਾਲ 20 ਤਰੀਕ ਨੂੰ, ਪਿਛਲੇ ਮਹੀਨੇ ਦੀ 20 ਤਰੀਕ ਨੂੰ। ਉਹ ਤੋਂ ਬਾਅਦ ਕੀ ਭਰੋਸਾ ਕੀ ਬਾਬਾ ਜੀ ਨੂੰ ਆਏਗੀ ਬੋਡੀ ਵਾਪਸ ਆਊਗੀ? ਹਾਂਜੀ, ਬਾਬਾ ਜੀ ਨੇ ਬਹੁਤ ਸਾਨੂੰ ਯਕੀਨ ਦਿੱਤਾ ਸੀਗਾ ਕਿ ਵਾਪਸ ਇੰਡੀਆ ਲਾਸ਼ ਆਊਗੀ। ਹਾਂਜੀ, ਬਹੁਤ ਬਹੁਤ ਧੰਨਵਾਦ ਆ ਜੀ ਬਾਬਾ ਜੀ ਨੇ, ਜੋ ਆਪਣੇ ਨਾਲ ਬਚਨ ਕੀਤੇ ਸੀ ਪੂਰੇ ਕੀਤੇ ਆ ਜੀ। ਹਾਂਜੀ, ਅੰਤਿਮ ਸੰਸਕਾਰ ਕਦੋਂ ਹੋਣਾ? ਸਰ ਅੱਜ 2 ਵਜੇ ਕਰ ਦਾਂਗੇ ਜੀ। ਹਾਂਜੀ, ਕੋਈ ਹੋਰ ਕਿਸੇ ਕਿਸਮ ਦੀ ਮੰਗ ਕਰਨਾ ਚਾਹੁੰਦੇ ਹੋ? ਮੰਗ ਸਰ ਇਹੀ ਆਪਣੀ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬਸ ਇਹਨਾਂ ਨੇ ਸਾਡੇ ਡੈਡੀ ਨਾਲ ਬਹੁਤ ਮਾੜੇ ਹਾਲਾਤ ਕੀਤੇ ਆ, ਬਹੁਤ ਜ਼ਿਆਦਾ ਗੰਦੇ ਹਾਲਾਤ ਕੀਤੇ ਇਹਨਾਂ ਨੇ। ਹੁਣ ਸਾਨੂੰ ਇਨਸਾਫ ਦਵਾਇਆ ਜਾਵੇ ਬਸ, ਸਾਡਾ ਕੋਈ ਨਹੀਂ ਰਹਿ ਗਿਆ। ਮੰਮੀ ਵਿਚਾਰੇ ਵੀ ਇੱਦਾਂ ਹੀ ਢਿੱਲੇ ਮਿੱਟੇ ਰਹਿੰਦੇ ਆ, ਸਾਨੂੰ ਇਹੀ ਇੱਕ ਸਹਾਰਾ ਹੀ ਸਾਡਾ ਇਹ ਵੀ ਇਹਨਾਂ ਨੇ ਖੋ ਲਿਆ। ਕੀ ਕਹਿ ਕੇ ਲੈ ਕੇ ਗਏ ਸੀ ਇੱਥੋਂ? ਕੰਮ ਘਰ ਦਾ ਕਹਿ ਕੇ ਲੈ ਕੇ ਗਏ ਸੀਗੇ ਜੀ। ਲੈ ਕੇ ਕਿੱਥੇ ਗਏ ਸੀ? ਮਨੀਲੇ। ਕਦੋਂ ਕੋ ਗਏ ਸੀ ਬਾਹਰ? ਇਹ 2022 ਚ 26 ਤਰੀਕ ਨੂੰ ਜੀ, ਲਾਸਟ ਵਾਲੇ ਮਹੀਨੇ 12ਵੇਂ ਮਹੀਨੇ ਲੈ ਕੇ ਗਏ ਸੀਗੇ। ਉਸ ਤੋਂ ਬਾਅਦ? ਉਸ ਤੋਂ ਬਾਅਦ ਜੀ 6 ਮਹੀਨੇ ਸਾਡੇ ਨਾਲ ਸਹੀ ਰਹੇ, ਉਦੋਂ ਬਾਅਦ ਚ ਬਸ ਡੈਡੀ ਦਾ ਇਦਾਂ ਹੀ ਫੋਨ ਆਉਂਦਾ ਰਿਹਾ, ਮੇਰੇ ਨਾਲ ਲੜਾਈ ਝਗੜਾ ਕਰਦੇ ਆ, ਅਖੀਰ ਇਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰਤੀ। ਜਿਹੜੀ ਮੌਤ ਦਾ ਕਾਰਨ ਕੀ ਸਮਝਦੇ?
ਗਰ ਉਹਨਾਂ ਨੇ ਮਾਰਿਆ, ਘੁੱਟ ਘੁੱਟ ਕੇ ਮਾਰਿਆ ਸੀ। ਵੀਡੀਓ ਵੀ ਦਿੱਤੀਆਂ, ਤੁਹਾਨੂੰ ਫੋਟੋ ਵੀ ਦਿੱਤੀਆਂ ਸੀਗੀਆਂ ਵੀ ਉਹਦੇ ਵਿੱਚ ਵੀ ਉਹਨਾਂ ਦੇ ਹਾਲਾਤ ਦੇਖ ਲਓ ਵੀ ਕੀ ਆ। ਕੱਲ ਵੀ CID ਵਾਲੇ ਆਏ ਸੀ, ਉਹਨਾਂ ਨੂੰ ਵੀ ਦਿੱਤੀਆਂ, ਉਹਨਾਂ ਨੇ ਵੀ ਇਹੀ ਕਿਹਾ ਵੀ ਕਤਲ ਦਾ ਕੰਮ ਆ।